ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅਤੇ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਪੱਠੇ ਪੁੱਠੇ ਬੀਜਣ ਲੱਗਿਆਂ ਅਤੇ ਦਿਖਾਉਣੇ ਤੁਹਾਨੂੰ ਹੁਣ ਵਾਹਣ ਵਾਧੀਏ। ਵਾਹਤਾ ਦੋ ਵਾਰੀ ਆਪਾਂ, ਹੁਣ ਤੀਜੀ ਵਾਰੀ ਚਾਚਾ ਵਾਹੁਣ ਲੱਗਿਆ ਵਾ। ਬੀਬੂ ਆਪਾਂ ਪਹਿਲਾਂ ਖਿਲਾਰਤਾ, ਹੁਣ ਸੁਹਾਗਾ ਮਾਰਨਾ। ਪਰ ਥੋੜ੍ਹੇ ਥਾਂ 'ਚ ਹੀ ਬੀ ਖਿਲਾਰਿਆ ਕੁਛ, ਉੱਧਰ ਤਾਂ ਪਰਲੇ ਪਾਸੇ ਤਾਂ ਕੰਧ ਲਈ ਗੰਨਾ ਲਾ ਦੇਣਾ, ਘਰ ਜੋਗਾ ਲਾਉਣਾ ਥੋੜ੍ਹਾ ਜਿਹਾ ਗੁੜ ਜੋਗਾ, ਅਤੇ ਬਾਕੀ ਕੁਛ ਮੂੰਗੀ ਬੀਜ ਦੇਣੀ। ਇੱਥੇ ਅੱਧੇ ਪੱਠੇ ਹੋ ਜਾਣਗੇ। ਰੋਵਾਈ ਜਾਂਦਾ ਚਾਚਾ ਹੁਣ। ਮੂੰਗੀ ਅਤੇ ਇੱਧਰ ਖਾਲੀ ਛੱਡਤਾ ਥਾਂ, ਇੱਧਰ ਲਾਵਾਂਗੇ ਗੰਨੇ ਅਤੇ ਉੱਧਰ ਪਰਾਂ ਚਰੀ ਬੀਜਤੀ। ਚਲੋ ਬਾਕੀ ਤੁਹਾਨੂੰ ਦਿਖਾਉਣੇ ਹੋਰ ਕੰਮ, ਟਰਾਲੀ ਨੂੰ ਬੈੱਡ ਬੁੱਡ ਲਾਉਣ ਲੱਗਦੇ ਹਾਂ, ਉਹ ਦਿਖਾਉਣੇ ਤੁਹਾਨੂੰ। ਬਾ ਕਣਕ ਵੀ ਆ ਗਈ ਆਪਣੀ, ਇੱਕ ਅੱਧੇ ਦਿਨ 'ਚ ਹੋ ਸਕਦਾ ਸ਼ਾਇਦ ਅੱਜ ਮਸ਼ੀਨ ਆਊਗੀ, ਅੱਜ ਲਾਉਣੇ ਟਰਾਲੀ ਨੂੰ ਬੈੱਡ। ਟਰਾਲੀ ਨੂੰ ਤਾਂ ਪੱਲੀਆਂ ਸਿਉਣ ਵਾਲੀਆਂ ਰਹਿ ਗਈਆਂ, ਹੁਣ ਸਿਉਂ ਕੇ ਫਿਰ ਦਿਖਾਉਣੇ ਤੁਹਾਨੂੰ। ਕੈ ਬੈੱਡ ਪੱਲੀਆਂ ਪੁੱਲੀਆਂ ਸਿਉਂਤੀਆਂ ਅਤੇ ਚਲੋ ਹੁਣ ਦੇਖਦੇ ਹਾਂ, ਕੰਮ ਹੋਰ ਹੋਇਆ ਤਾਂ ਕਰਦੇ ਹਾਂ ਕੋਈ। ਚਲੋ ਹੁਣ ਫਿਰ ਮਿਲਦੇ ਹਾਂ। ਪੱਲੀ ਨੂੰ ਬੈੱਡ ਬੁੱਡ ਆਪਾਂ ਲਾਤਾ ਸੀਗਾ ਅਤੇ ਹੁਣ ਪੱਠਿਆਂ ਨੂੰ ਪਾਣੀ ਲਾਈ ਜਾਂਦੇ ਸੀਗੇ, ਜਨਰੇਟਰ ਚਲਾਇਆ ਸੀ, ਲਾਈਟ ਤਾਂ ਆਉਂਦੀ ਨਹੀਂ, ਹੁਣ ਕਈ ਦਿਨ ਹੋ ਗਏ। ਬਾਕੀ ਤੁਹਾਨੂੰ ਦਿਖਾਉਂਦੇ ਹਾਂ, ਹੁਣ ਚੱਲਦਾ ਆਪਣਾ 275-15 ਦੀ ਮੋਟਰ ਅਤੇ ਦੂਜੇ ਕੈਮਰੇ ਨਾਲ ਦਿਖਾਉਂਦੇ ਹਾਂ। ਚੱਲਦਾ ਜਨਰੇਟਰ ਤੇ ਥੋੜਾ ਜਿਹਾ ਮੋਟਰ ਘੱਟ ਕੱਢਦੀ ਪਾਣੀ, ਬਾਕੀ ਟਰੈਕਟਰ ਲੋਡ ਨਹੀਂ ਮੰਨਦਾ। ਇਹ ਪੱਠਿਆਂ ਪੁੱਠਿਆਂ ਨੂੰ ਪਾਣੀ ਲੱਗ ਗਿਆ ਤੇ ਜਨਰੇਟਰ ਕਰਤਾ ਬੰਦ ਆਪਾਂ। ਬਾਕੀ ਅੱਜ ਦੀ ਮੇਰੀ ਵੀਡੀਓ ਇੱਥੋਂ ਤੱਕ ਹੀ ਸੀ। ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।